ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਓ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮੈਂ ਜ਼ਿਲ੍ਹਾ ਫਰੀਦਕੋਟ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹੁੰਦਾ। ਛੋਟੇ ਜਿਹੇ ਜ਼ਿਲ੍ਹੇ ਵਿੱਚ ਐਡਾ ਵੱਡਾ ਇਕੱਠ, ਹਜ਼ਾਰਾਂ ਦੀ ਗਿਣਤੀ 'ਚ ਇਕੱਠ, ਆ ਤੁਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ, ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ। ਤਕਰੀਬਨ 26 ਸਾਲ ਪਹਿਲੇ ਮੈਂ ਫਰੀਦਕੋਟ ਦੀ ਧਰਤੀ ਤੋਂ ਪਹਿਲਾਂ ਇਲੈਕਸ਼ਨ ਲੜਿਆ। ਇੱਥੇ ਰਹਿ ਕੇ, ਫਰੀਦਕੋਟ 'ਚ ਰਹਿ ਕੇ ਮੈਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। ਫਰੀਦਕੋਟ ਜ਼ਿਲ੍ਹੇ ਦੇ ਹਰ ਪਿੰਡ ਪਿੰਡ ਮੈਂ ਗਿਆ। ਤੁਸੀਂ ਜਾਣਦੇ ਹੋ ਉਸ ਟਾਈਮ ਕੀ ਹਾਲਾਤ ਹੁੰਦੀ ਸੀ ਇਸ ਇਲਾਕੇ ਵਿੱਚ, ਤੇ ਜਿੰਨੀ ਮਿਹਨਤ ਉਦੋਂ ਅਸੀਂ ਕੀਤੀ, ਜਿੰਨੀਆਂ ਵੀ ਨਿਸ਼ਾਨੀਆਂ ਅੱਜ ਤੁਸੀਂ ਦੇਖਦੇ ਹੋ ਇੱਥੇ, ਇਹ ਸਾਰੀਆਂ ਹੀ ਉਦੋਂ ਬਣਾਈਆਂ ਗਈਆਂ ਸੀ। ਮੈਨੂੰ ਯਾਦ ਹੈ ਇੱਥੇ ਬਿਜਲੀ ਦੇ ਗ੍ਰਿਡ ਨਹੀਂ ਹੁੰਦੇ ਸੀ, ਬਹੁਤ ਬੁਰਾ ਹਾਲ ਹੁੰਦਾ ਸੀ ਬਿਜਲੀ ਦਾ। ਉਦੋਂ ਯਾਦ ਹੈ ਮੈਨੂੰ, ਇੱਕ ਦਿਨ ਇਕੱਠੇ ਹੋਏ ਤੇ ਕਹਿੰਦੇ ਜੀ ਗ੍ਰਿਡ ਬਣਾਉਣੇ ਆ। ਮੈਂ ਕਿਹਾ ਯਾਰ ਇਕੱਠੇ ਦੱਸ ਦਿਓ ਕਿੰਨੇ ਬਣਾਉਣੇ ਆ। ਕਹਿੰਦੇ 22-23 ਗ੍ਰਿਡ ਚਾਹੀਦੀ ਹੈ। ਮੈਂ 22-23 ਇੱਕ ਦਿਨ ਚ ਮਨਜ਼ੂਰ ਕਰਾ ਗਿਆ। ਦੇਖੋ ਸਾਰੇ ਉਦੋਂ ਦੇ ਬਣੇ ਆ। ਅਥਾੜ ਦਾ ਇਲਾਕਾ, ਤੁਸੀਂ ਦੇਖੋ ਆ ਸੇਮ ਨਾਲਿਆਂ ਚ ਕਿਵੇਂ ਪਾਣੀ ਛੱਡ ਦਿੰਦੇ ਹੁੰਦੇ ਸੀ ਮੋਹ ਵੱਡੀ ਨਹਿਰ ਚੋਂ। ਉਹ ਦਿਨ ਜਦੋਂ ਆਪਣੀ ਸਰਕਾਰ ਗਈ ਬੰਦ ਹੋ ਗਏ, ਨਹੀਂ ਤਾਂ ਖੁੱਲੇ ਮੋਗੇ ਲੱਗਦੇ ਸੀ, ਵੱਡੀਆਂ ਵੱਡੀ ਭਾਖਰੇ ਤੋਂ ਮੋਗੇ ਕੱਢੇ ਦਿੱਤੇ ਆ ਤੁਹਾਨੂੰ। ਹੁਣ ਤਾਂ ਸੂਆਂ ਚ ਵੀ ਨੀ ਪਾਣੀ ਆਉਂਦਾ। ਤੁਸੀਂ ਪੱਕੀਆਂ ਖਾਲ, ਕਹਿੰਦੇ ਪੱਕੀ ਖਾਲ ਦੱਸੋ, ਸਾਰੇ ਹਲਕੇ ਬਣਾ ਤੇ, ਸੜਕਾਂ ਗਈਆਂ, ਸੜਕਾਂ ਬਣਾ ਦੀਆਂ। ਤੁਸੀਂ ਆਰ ਓ ਸਿਸਟਮ, ਕਹਿੰਦੇ ਮਤਲਬ ਸਾਰੇ ਪਿੰਡਾਂ 'ਚ ਆਰ ਓ ਬਣਾਏ। ਮਤਲਬ ਹੁਣ ਤਾਂ ਬੰਦ ਹੋ ਗਿਆ ਸਾਰਾ ਕੁਛ। ਸੇਵਾ ਕੇਂਦਰ ਤੋਂ ਲੈ ਕੇ, ਮੈਨੂੰ ਯਾਦ ਹੈ ਇੱਥੇ ਕਹਿੰਦੇ ਸੀ ਫਰੀਦਕੋਟ 'ਚ ਕੋਈ ਚੀਜ਼ ਵੱਡੀ ਦਿਓ ਜੀ। ਮੈਂ ਕਿਹਾ ਬਾਬਾ ਫਰੀਦ ਯੂਨੀਵਰਸਿਟੀ ਬਣਾਉਣੀ ਹੈ ਇੱਥੇ। ਦੇਖੋ ਅੱਜ ਉਹ ਬਾਬਾ ਫਰੀਦ ਯੂਨੀਵਰਸਿਟੀ ਦਾ ਨਾਂ ਹਿੰਦੁਸਤਾਨ 'ਚ, ਅੱਜ ਲੋਕੀ ਕਿੰਨੀ ਦੂਰੋਂ ਇੱਥੇ ਹਸਪਤਾਲ 'ਚ ਆਉਂਦੇ ਆ, ਕਿਉਂਕਿ ਦਿਲੋਂ ਤੁਹਾਡੇ ਨਾਲ ਲਗਾ, ਕੰਮ ਕਰਨ ਦਾ ਜਜ਼ਬਾ ਹੈ। ਸਾਡੀ ਸੋਚ ਹੈ ਕਿ ਗਰੀਬਾਂ ਦੀ, ਕਿਸਾਨਾਂ ਦੀ, ਮਜ਼ਦੂਰਾਂ ਦੀ ਮਦਦ ਕਰਨੀ। ਜਦੋਂ ਜਦੋਂ ਵੀ ਪਰਮਾਤਮਾ ਦੀ ਮਿਹਰ ਹੋਈ, ਬਖਸ਼ਿਸ਼ ਹੋਈ, ਪੰਜਾਬ ਦੀ ਬਾਗਡੋਰ ਸੰਭਾਲਣ ਦਾ ਮੌਕਾ ਮਿਲਿਆ, ਅਸੀਂ ਇੱਕ ਮਿੰਟ ਬਰਬਾਦ ਨਹੀਂ ਕੀਤਾ। ਸੋਚ ਇੱਕੋ ਹੀ ਸੀ ਕਿ ਦੱਸੋ ਹੋਰ ਕੀ ਕਰੀਏ, ਹੋਰ ਕੀ ਕਰੀਏ। ਹੁਣ ਵੀ ਜਿਹੜਾ 10 ਸਾਲ ਸਰਕਾਰ ਸੀ, ਲਗਾਤਾਰ ਅਸੀਂ ਮੰਤਾਰ ਨੂੰ, ਸਾਰੇ ਲੀਡਰਾਂ ਨੂੰ ਅਸੀਂ ਬੁਲਾਉਂਦੇ, ਪੁੱਛਦੇ ਦੱਸੋ ਕੀ ਚਾਹੀਦਾ ਤੁਹਾਡੇ ਹਲਕੇ 'ਚ। ਜਿੰਨਾ ਪੈਸਾ, ਮੈਨੂੰ ਲੱਗਦਾ ਇੱਕ ਇੱਕ ਹਲਕੇ ਤਕਰੀਬਨ 400-500 ਕਰੋੜ ਰੁਪਇਆ ਅਸੀਂ ਦਿੱਤਾ। ਤੁਸੀਂ ਕੱਸੀਆਂ ਦੀ ਗੱਲ ਕੀਤੀ, ਮੈਨੂੰ ਲੱਗਦਾ ਤੁਹਾਡੇ ਮੰਤਾਰ ਜੀ 90 ਕਰੋੜ ਰੁਪਇਆ ਤੇ ਕੱਸੀਆਂ ਸਾਰੀਆਂ ਦੱਸੋ ਕਿੰਨੀਆਂ ਬਣਾਉਣੀਆਂ, ਪੱਕੀਆਂ ਕਰਦੀਆਂ, ਨਵੀਆਂ ਬਣਾਉਣੀਆਂ, ਰੀਮਾਡਲ ਕਰਨੇ, ਖਾਲਾਂ ਦੇ ਕੰਮ, ਉਹ ਵੱਖਰੇ ਆ ਜੀ, ਸਟੇਡੀਅਮ, ਜਿਮ, ਖੇਡਾਂ ਦੇ ਸਮਾਨ। ਮੈਂ ਕਹਿੰਦਾ ਲਿਸਟਾਂ ਲਾ ਲਿਓ, ਤੇ ਹੁਣ ਰੋਈ ਜਾਂਦੇ, ਕਹਿੰਦੇ ਖਜ਼ਾਨਾ ਖਾਲੀ ਹੈ। ਨਲਾਇਕ ਆ ਨਲਾਇਕ, ਸਰਕਾਰਾਂ ਦੇ ਖਜ਼ਾਨੇ ਖਾਲੀ ਨਹੀਂ ਕਿਤੇ ਹੁੰਦੇ। ਜੇ ਨਵੀਂ ਗੱਡੀ ਨਲਾਇਕ ਡਰਾਈਵਰ ਬਿਠਾ ਦਈਏ, ਉਲਟਾ ਦਿੰਦਾ ਗੱਡੀ ਨੂੰ, ਜੇ ਪੁਰਾਣੀ ਗੱਡੀ 'ਚ ਮੇਰੇ ਵਰਗਾ ਬਿਠਾ ਦਿਓ, ਹਨੇਰੀ ਲਿਆਉਂਦਾ ਗੱਡੀ ਦੀ। ਦੇਖੋ ਅੱਜ ਦੇ ਇਕੱਠ ਦੇਖ ਕੇ ਮੈਨੂੰ ਲੱਗਦਾ ਸਾਰਾ ਪੰਜਾਬ ਹਿੱਲ ਜਾਣਾ। ਜੇ
ਇੰਨੇ ਛੋਟੇ ਜ਼ਿਲ੍ਹੇ ਚ ਐਡਾ ਵੱਡਾ ਇਕੱਠ ਟਰੈਕਟਰ ਟਰਾਲੀਆਂ ਤੇ ਬਹਾਦਰ ਸੂਰਮੇ ਸ਼੍ਰੋਮਣੀ ਅਕਾਲੀ ਦਲ ਦੇ ਆਏ ਹੈ। ਦੇਖੋ ਅਗਲੇ 2 ਸਾਲਾਂ ਕੈਜਾ ਭਜਾਲ ਪੈਣਾ, ਆਪਣੇ ਨਾਲ ਠੱਗੀ ਵੱਜੀ ਹੈ। ਆਪਾਂ ਸਾਰੇ ਭੋਲੇ ਭਾਲੇ ਹੈ, ਕਾਂਗਰਸ ਨੇ ਮੌਕਾ ਸੰਭਾਲਿਆ, ਆਪਾਂ ਸਿੱਧੇ ਸਾਧੇ ਹਾਂ, ਆਪਾਂ ਝੂਠ ਬੋਲਦੇ ਨਹੀਂ, ਜੋ ਦਿਲ ਦੀ ਗੱਲ ਆ ਕਹਿੰਦੇ ਆ, ਜੋ ਸੱਚ ਹੈ ਕਹਿੰਦੇ ਆ। ਆ ਕਾਂਗਰਸੀ ਸੱਚ ਤਾਂ ਕਹਿੰਦੇ ਨੇ, ਇਕੱਲਾ ਝੂਠ ਕਹਿੰਦੇ ਆ, ਨਾਲ ਟੋਪੀ ਜੀ ਵਾਲੇ ਰਲ ਗਏ ਤੇ 3 ਸਾਲ ਪਹਿਲੇ ਆਪਣੀ ਸਰਕਾਰ ਦੇ ਅਖੀਰਲੇ 2 ਸਾਲ ਸਾਰੇ ਹੀ ਝੂਠ ਤੇ ਝੂਠ, ਝੂਠ ਤੇ ਝੂਠ, ਝੂਠ ਤੇ ਝੂਠ। ਸਿਆਣੇ ਕਹਿੰਦੇ ਆ, ਜੇ 1000 ਵਾਰ ਝੂਠ ਬੋਲੋ ਤੇ ਸੱਚ ਲੱਗਣ ਲੱਗ ਜਾਂਦਾ। ਆ ਕੈਪਟਨ ਨੇ 3 ਸਾਲ ਪਹਿਲੇ ਇੱਥੋਂ 60 ਕਿਲੋਮੀਟਰ ਦੂਰ ਬਠਿੰਡੇ ਇਕੱਠ ਕਰਕੇ ਗੁਰਕਾ ਸਾਹਿਬ ਜੀ ਨੂੰ ਆਪਣੇ ਹੱਥ ਰੱਖ ਕੇ ਤਖ਼ਤ ਸ੍ਰੀ ਤਲਵੰਡੀ ਸਾਹਿਬ ਤਰਫ ਹੱਥ ਕਰਕੇ ਅਜਿਹੀਆਂ ਝੂਠੀਆਂ ਗੱਲਾਂ ਕਹੀਆਂ, ਉਹ ਬੇਅਦਬੀ ਨਹੀਂ ਹੈ? ਜਿਹੜੇ ਝੂਠੀਆਂ ਸਹੁੰ ਖਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਝੂਠ ਬੋਲਿਆ। ਕੀ ਕਹਿੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਕਰਾਈ? ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਦਾ ਸਿਰ ਵੱਧ ਜਾਂਦਾ ਹੈ, ਇਹ ਜੀ ਗੱਲ ਸੋਚ ਨਹੀਂ ਸਕਦਾ। ਤੇ ਹੁਣ ਤਾਂ ਤੁਹਾਡੀ ਸਰਕਾਰ 3 ਸਾਲ ਹੈ, ਕਹਿੰਦੇ ਸੀ 1 ਮਹੀਨੇ ਚ ਅਸੀਂ ਫੜ ਲਾਂਗੇ, ਤੇ ਹੁਣ ਦੱਸੋ 3 ਸਾਲ ਹੋ ਗਏ, ਦੱਸੋ ਕਿਹੜੇ ਅਕਾਲੀ ਤੁਹਾਡੀ ਪੁਲਿਸ ਹੈ, ਕਿਹੜੇ ਅਕਾਲੀ ਵਰਕਰ ਨੂੰ ਤੁਸੀਂ ਕਿਹਾ ਕਿ ਇਹਨੇ ਕਰਾਈ ਹੈ ਜਾਂ ਇਹਨੇ ਲੀਡਰ ਨੇ ਕਰਾਇਆ? ਹੁਣ ਕਿਉਂ ਚੁੱਪ ਬੈਠੇ ਹੋ? ਕਿਉਂਕਿ ਹੁਣ ਤਾਂ ਠੱਗੀ ਵੱਜ ਕੇ ਸਰਕਾਰ ਬਣਾ ਲਈ, ਜਿਹੜੇ ਵੱਡੇ ਵੱਡੇ ਗਵਾਹ ਉਹਨਾਂ ਤੋਂ ਜੇਲ੍ਹਾਂ 'ਚ ਮਰਵਾ ਦਿੰਦੇ ਹੋ। ਆ ਬਹਿਬਲ ਕਲਾਂ, ਬੜਾ ਦੁੱਖ ਹੋਇਆ, ਗੋਲੀ ਨਾਲ ਆਪਣੇ ਲੋਕ ਸ਼ਹੀਦ ਹੋਏ, ਤੇ ਗਵਾਹ ਨੂੰ ਕੀ ਕਰ ਰਹੇ ਹੁਣ? ਮਰਵਾ ਤਾਂ, ਕਿਉਂ ਮਰਵਾਇਆ? ਆ ਕਿੱਕੀ ਢਿੱਲੋਂ ਤੇ ਕਾਨਗੜ ਉਹ ਰੋਜ਼ ਪ੍ਰੈਸ਼ਰ ਪਾਉਂਦੇ ਸੀ ਕਿ ਪੁਲਿਸ ਵਾਲੇ ਬਚਾਉਣੇ ਆ, ਗਵਾਹੀ ਪੁਲਿਸ ਵਾਲਿਆਂ ਦੇ ਹੱਕ 'ਚ ਦਿਓ। ਤੇ ਸਾਡੇ ਦੇ ਇਲਜ਼ਾਮ ਲਾਉਂਦੇ ਆ ਸਾਰਾ ਜਿੰਨਾ ਟੋਲਾ ਇਕੱਠਾ ਹੋਇਆ। ਦੇਖੋ ਆਪਾਂ 3 ਸਾਰੇ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਹੈ। 3 ਸਾਲ ਹੋ ਗਏ, ਆਪਾਂ ਕਿਵੇਂ ਪਿੱਛੇ ਰਹਿ ਗਏ 3 ਸਾਲ? ਅੱਜ ਜੇ ਪਰਮਾਤਮਾ ਮਿਹਰ ਕਰਦਾ ਤਾਂ ਤੁਹਾਡਾ ਆਸ਼ੀਰਵਾਦ ਦਿੰਦਾ, ਅੱਜ ਆਪਣੀ ਸਰਕਾਰ ਹੁੰਦੀ ਤੁਸੀਂ ਕਿੱਥੇ ਤੇ ਕਿੱਥੇ ਲੈ ਜਾਣਾ ਸੀ? ਤੁਸੀਂ ਆਪਣੇ ਜੀਵਨ 'ਚ ਫਰਕ ਦੇਖੋ, ਪਿਛਲੇ 10 ਸਾਲ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਕਿੰਨਾ ਫਰਕ ਆਇਆ, ਤੁਸੀਂ ਆਪਣੇ ਚਾਰੋਂ ਤਰਫ ਦੇਖ ਲਓ। ਪਹਿਲੇ ਤੁਸੀਂ ਫਰੀਦਕੋਟ ਤੋਂ ਬਠਿੰਡੇ ਜਾਂਦੇ ਕਿੰਨਾ ਟਾਈਮ ਲੱਗਦਾ ਸੀ ਜੀ? ਕਿੰਨਾ ਟਾਈਮ ਲੱਗਦਾ ਸੀ? 1.5 ਘੰਟਾ। ਹੁਣ ਚੌਥਾ ਗੇਅਰ ਲੱਗਦਾ ਗੱਡੀ ਦਾ, ਮੈਂ 3 ਗੇਅਰ 'ਚ ਬਠਿੰਡੇ ਵੱਜਦੇ ਹੋ ਤੁਸੀਂ। ਇੱਥੋਂ ਅੰਮ੍ਰਿਤਸਰ ਜਾਣਾ, ਗੁਰੂ ਦੀ ਨਗਰੀ ਮੱਥਾ ਟੇਕਣ ਜਾਣਾ, ਐ ਲੱਗਦਾ ਨਹੀਂ ਕਿ ਰਾਤ ਨੂੰ ਜਾਣਾ, ਲਾਈਟਾਂ ਐ ਲੱਗ ਗਈਆਂ। ਜੋ ਕਿਹਾ ਸੀ ਕੀਤਾ, ਜੋ ਕਿਹਾ ਸੀ। ਲੋਕੀ ਉਦੋਂ ਬੜੇ ਮਜ਼ਾਕ ਕਰਦੇ ਸੀ, ਸੁਖਬੀਰ ਸਿੰਘ ਬਾਦਲ ਝੂਠ ਬੋਲਦਾ, ਜਦੋਂ ਮੈਂ ਕਿਹਾ ਬੰਬ ਵਾਲੀਆਂ ਸੜਕਾਂ ਬਣਾ ਕੇ ਦੇਵਾਂਗੇ ਸੀਮੈਂਟ ਦੀਆਂ, ਤੇ ਹੁਣ ਚੁੱਪ ਕਿਉਂ ਬੈਠੇ ਐ? ਬੰਬ ਸੁੱਟ ਕੇ ਦੇਖੋ ਇਹ ਸੜਕ ਤੇ ਟੁੱਟਦੀ ਹੈ ਕਿ ਨਹੀਂ। ਆਹ ਫਰਕ ਹੈ, ਜਵਾਨ ਦੇ ਪੱਕੇ ਐ। ਹੁਣ ਉਹਨਾਂ ਨੇ ਬਿਜਲੀ, ਦੇਖੋ 3 ਸਾਲ ਪਹਿਲੇ, 10 ਸਾਲ ਪਹਿਲੇ, 10 ਸਾਲ ਪਹਿਲੇ ਹਰ ਘਰ ਵਿੱਚ ਜਨਰੇਟਰ ਹੁੰਦਾ ਸੀ, ਜਨਰੇਟਰ ਹੁੰਦਾ ਸੀ ਤੁਹਾਡੇ ਹਰ ਘਰ ਵਿੱਚ। ਰਾਤ ਨੂੰ ਸੌ ਨਹੀਂ ਸਕਦੇ ਸੀ, 8-8 ਘੰਟੇ ਦੇ ਕੱਟ ਹੁੰਦੇ ਸੀ, 2-2 3-3 ਹਫ਼ਤੇ ਇੰਡਸਟਰੀਆਂ ਬੰਦ ਹੁੰਦੀਆਂ ਸੀ। ਅਸੀਂ ਤੁਹਾਨੂੰ ਕਿਹਾ ਅਸੀਂ ਬਿਜਲੀ ਆਮੋ ਆਮ ਕਰ ਦਾਂਗੇ, ਸਾਡੇ ਕੋਲੇ ਉਦੋਂ 2 ਚਾਰੇ ਸੀ, ਜਾਂ ਆਪਣੇ ਕੋਲੋਂ ਪੈਸਾ ਲਾਈਏ, 25-30 ਹਜ਼ਾਰ ਕਰੋੜ ਚਾਹੀਦਾ ਸੀ, ਜਾਂ ਕਿਸੇ ਪ੍ਰਾਈਵੇਟ ਤੋਂ ਲਵਾਈਏ, ਜਿਹੜਾ ਸਰਕਾਰੀ ਹੈ ਬਿਜਲੀ ਘਰ ਉਹ ਸਰਕਾਰੀ। ਜਿਵੇਂ ਆ ਸੜਕਾਂ ਬਣੀਆਂ, ਟੋਲ ਰੋਡ ਬਣੀਆਂ, ਆ ਸਾਰੀਆਂ ਸੜਕਾਂ ਤਾਂ ਸਰਕਾਰੀ, ਐ ਨਹੀਂ ਹੈ ਕਿ ਉਹਨੇ ਬਣਾਈਆਂ, ਪੈਸਾ ਪ੍ਰਾਈਵੇਟ ਦਾ,
सड़क सरकारी है पर फायदा देखो किन्ने एक्सीडेंट बते जाना बचिया। सरकारी जो चीज बनती है महंगी बनती है, जो प्राइवेट बनाते हैं सस्ती बनाते हैं। उदो जो फैसला किया कि 25,000 करोड़ रुपया अपने की बजाय आप कंपनियां हिंदुस्तान दी टॉप दी लईए, असी टेंडर किया। उदो पूरे हिंदुस्तान में 6 सूबे ने उदो थर्मल प्लांट लाने शुरू किए, तो सब तो सस्ता रेट पंजाब का बनिया 2 रुपये 98 पैसे। देखो 2 रुपये 98 पैसे 25 साल इन्होंने बिजली आपां देनी है तो रोंदे क्यों है? हुण 10 रुपये दे रहे हो या थोनू मिलती 2 रुपये 98 पैसे दे है, तुसी 10 रुपये क्यों बधाई बनाने क्यों है? इन्हां दी नलैकियां करके कमजोरियां करके आ जड़े बिजली दे रेट है थर्मल प्लांटा करके नहीं बधे। आ रेट बधे है क्योंकि इन्होंने कांग्रेस अमरिंदर सिंह सरकार ने जड़े 2 कंपनियां इन्हां नाल रल के असी उन्हां नूं जो अग्रीमेंट की थी क्या सी जो कोला आऊगा वह बड़ा साफ सुथरा धोता हो कोला चाहिए, नहीं तो पहले मिट्टी भेज देंदे होंदे सी टेंडर च लिखिया। उदे बाद जो सरकार बनी कांग्रेस की रल गए, मिट्टी वाला कोला कहिंदा सी भेजना है अग्रीमेंट। असी तो जो हाई कोर्ट अपने दोनों कमिश्नर जी अपने वकील खड़े किए थे जिते केस आ रल गए उतो फैसला करा रहा। ते आज तुझे देखो एक कंपनी 2700 करोड़ रुपया देने रल गए है, घट्टो घट 300-400 करोड़ की रिश्वत ये खाधी है, तो उहदे करके इन्होंने 25 पैसे वधाते रेट। आ हर चीज ते 25-30 पैसे वधाते है इन्हां करके वधे आ, कोई थर्मल प्लांटा करके नहीं। मुख्यमंत्री की सोच ही नहीं है, यह तो कल्ले एक फैसला किया 2 हाथों लुटन लगे है। देखो कहते ड्रग्स ड्रग्स असी 1 महीने ड्रग खत्म कर देंगे, अज नशा क्यों वध्या? इसलिए वध्या क्योंकि हल्के दे MLA आ किक्की ढिल्लों वर्गे जिन्हें ड्रग बेचते हैं उन्होंने तो महीना बन लिया इन्होंने। जेड़ा पुलिस वाला कोई सियाणा आउंदा इमानदार आउंदा जिहड़ा इन्हां नूं फड़दा ड्रग वाले नूं शाम नूं बदला दिंदे है, ते जदों ड्रग बेचण वाले नूं खुली छुट्टी है उन्हां नूं महीना MLA नूं दिंदे है ते फिर नशा वधूगा ही। कोई फड़िया इन्होंने रेते की गल कर लो उवें महीने ते महीने बन्ने इन्होंने, इन्हां दे दिल च कोई थोड़े प्रति पंजाब प्रति पंजाब के नौजवानी प्रति कोई फिक्र नहीं कोई परवाह नहीं। आ कैप्टन देखो 3 साल हो गए पूरे सरकार बनी नू, 3 साल हो गए सरकार बनी नू कैप्टन ने दिखाई दिता। अच्छा ढीठ इन्ना है जिनी मर्जी बेइज्जती कर दो यदि फिर भी ढीठ तो ढीठ ही है, कहता मैं तो निकलना ही नहीं जो मर्जी जोर ला लो। इन्हों ने MLA भी कह के हट गया कि तुम कैप्टन साहब मिल लिया करो, मंत्री कहते सानू मिलता नहीं, कहना जो मर्जी कर लो मैं तो मिलना ही नहीं, कर लो फड़ लो पूछ। उथे नवा घर पाया उथे बैठा रहा रजाई च बैठा रहा, और मुख्यमंत्री का घर भी छड़ गया एक नवा पहाड़िया के नेड़े चंडीगढ़ ने बना लिया। यार शाम 5 बजे तो बोतल खोल लेंदा, 7-8 बजे तक डकिया होंदा, सवेरे उठा नहीं जाता, शुगर का मरीज हाथ कम दे हूं सरकार चला लू, आ सरकार चला लू। बादल साहब उदो उन्होंने उम्र 80 साल सी, देखो पिंड पिंड जाके संगत दर्शन करते कि नहीं, थोड़े को आते तुम दसते सानू आ चाहिए आ चाहिए, तुम 20 लाख मंगते 40 लाख देके जाते। मैं उन्होंने संगत दर्शन करते जो कहते असी कितने ना नहीं की क्योंकि खजाना खाली नहीं है सरकार का। मैं तुम अज दसा मैं तो कैप्टन साहब को कहना तू महीने वास्ते मैनू 4 दे खजाने का।
میں ہر پنڈ نو کروڑ کروڑ روپیہ دے کے آؤں گا. دیکھو ادو اسی شگن بھی ٹائم تے ہوندا سی، آٹا دال بھی دندے سی، پینشن بھی دندے سی، کھیڈا دا سامان بھی دندے سی، سکالرشپ ایسی بھائی چارے نو جی اج سکالرشپ بند کرتی، اسی 500 کروڑ روپیہ سال کا ایسی سکالرشپ دندے سی بچوں، اسی ڈیولپمنٹ اینی کی، کروڑا روپیے ہر چیز تھی دیکھتے سی، اج نوی نہ نوی چیز روز بندی ہوں سی، پر جدوں دے آئے ہیں سارا کچھ ہی بند. آ دیکھو فرید کوٹ شہر، کوٹ پورا شہر تے جیتو شہر دے پورے شہر دا سیوریج پینے والا پانی گلیاں تے لائٹا واسطے تقریباً مل رہا 250 کروڑ دا سی، 272 کروڑ دا میں پروجیکٹ شروع کیتا ہے، پیسے دے کے کم چالو کراتا، 6 مہینے نیری نہ کم چلیا، جدوں آئے اس دن بند ہے، تے آج دیکھو اویں گلیاں پڑی ہیں. کمندار جی کوئی گل نہیں یار، 2 سال اوکھے سوکھے ٹپا لو، اور بعد دیکھو سال چ بنا دوں پورا. من منتار دس رہا سی کہ سارے سوئے چ 3 سال ہو گئے پانی نہیں آیا، میں تمہیں ایک گل دسا، ساڈے میرے ایک من چ گل میں کہنی سی سال بعد ہی، پر میں اج ہی کہہ دینا یار، میں سارے پنڈ والوں دسنا چاہنا اج تک جو کیا کر کے دکھایا کہ نہیں کیتا نا، کدے کوئی چیز یاد ہے کہ اسی کیا سی نہیں کیتی. ہن میں تھوڑا دسنا پنڈ آئے ہو جویں شہروں میں سیوریج سیمنٹ دیا گلیاں لالیاں تے لائٹاں تے پانی دا پربندھ ہے، 12,000 پنڈ ہے پنجاب دے، میں 12,000 تے 12,000 اگلے 5 سالاں پورے بنا دوں گا. کوئی اوکھا نہیں، کوئی اوکھا نہیں، نیت صاف چاہیے، ہمت چاہیے. اج میرے کو ہنی ملازم آئے، تسی ملازم آئے، ملازمہ نو تنخواہ ہی بند کری بیٹھے، ڈی اے بادل صاحب ہر مہینے دندے سی، نال نال دندے سی، اج 4 سال ہو گئے، 3 سال ہو گئے، ملن دا 3.5 سال ڈی اے دی قسطاں دتیاں، پے کمیشن جنہ بھی ملازمان دی تنخواہ سارے بیٹھے اندر دفتراں بیٹھے ہیں، سارے ملازمان دی تنخواہ جدو بھی بدی ہے پوری زندگی یاد کر لین ادو ہی بدی ہے جدو بادل صاحب مکھ منتری ہے، کانگریس نے ایک بار بھی انہوں کی تنخواہ نہیں بدائی. آ جڑے میرے پولیس والے ویر آ نوجوان ہے، آ جن نوجوان بھرتی ہوئے نا سارے میں ہی کیتے ہیں، ایک بھی کانگریس کا نہیں ہے. آ گھر گھر نوکری کی گل کرتے ہیں، گھر گھر نوکری، ایک میں تھوڑے دن پہلے نا اشتہار ہے انہوں کا کیپٹن کا اشتہار ہے کہ میں 12 لاکھ نوکریاں دیتی ہیں. یار ایڈی بڑی ٹھگی، 12 لاکھ کا مطلب ہے 100 ہر پنڈ، ہر پنڈ چ 100 نوکری، تھوڑے ہر پنڈ 100 آیا کہ نہیں، 90 آئے ہونے ہیں، 80 10 ایک بھی نہیں، 0. دیکھو نوکری بل، اچھا بل کنے آئے ہیں دسو، 50,000 تو تیج کا بل ہاتھ کھڑے کرو، واہ 50,000 والے، لاکھ والے ہے گئے، لاکھ والے بھی کنے لاکھ، تے بادل صاحب دے ٹائم کنا ہوندا سی، اجے تو ہوندا ہی نہیں سی، مطلب نظارا ہونا سی ادو، کوئی ٹینشن نہیں سی. آ فرق ہے، آ فرق ہے تھوڑی سرکار دے تے انہاں لٹیریاں دے، انہاں دے من چ کیپٹن دے من چ کوئی درد نہیں، جے ایک غریب نو جے دا بچارا روٹی نہیں کھا سکتا اودے کرے 20,000 دا بل بھیج رہے ہیں، پھر ڈراؤں دے ہیں، ویٹر پٹ کے لے جاندے ہیں، آ بل سامنے دیکھ پر میرا ویر دکھائی جاندہ ہے کنے دا بل ہے، لاکھ روپیے کا بل ہے بچارے غریب، ایک کوٹھا بچارے کا، ایک کوٹھا تے لاکھ روپیے کا بل ہے، آ کوئی سرکار ہے آ سوچتے ہیں کہ خزانہ بھران گے اے پیسے کٹھے کر کے. بادل صاحب جدو مکھ منتری سی ادو گھر دے بلوں کا ریٹ سی 5.54 روپے یونٹ، تے اج ہے گا 9.5 روپے یونٹ، 9.5 روپے دیکھو کتنا ودھایا انہوں نے. آ جی دکانہ کا تقریباً 7.25 روپے ریٹ ادو سی، اج 10.5 روپے ریٹ کری بیٹھے ہیں، تے پھر
ਤੁਸੀਂ ਕਾਂਗਰਸ ਕੈਪਟਨ ਸਮਝਦਾ ਸਮਝਦਾ ਕਿ ਇਹਨੂੰ ਵੋਟਾਂ ਪੈਣਗੀਆਂ, ਛਿੱਤਰ ਪੈਣਗੇ ਇਹਨਾਂ ਨੂੰ। ਤਕਰੀਬਨ ਕੈਪਟਨ ਨੇ ਪਿਛਲੇ 3 ਸਾਲਾਂ ਚ 22,000 ਕਰੋੜ ਰੁਪਇਆ ਬਿਜਲੀ ਦੇ ਵੱਧ ਬਿੱਲ ਪਾ ਕੇ ਤੁਹਾਡੇ ਤੋਂ ਕੱਢ ਲਿਆ। 22,000 ਕਰੋੜ ਰੁਪਇਆ ਦੇਣਾ ਕੀ ਸੀ? ਆ ਹਾਲਾਤ ਹੈ, ਸਾਰਾ ਕੁਝ ਜਾਮ ਹੋਇਆ ਪਿਆ ਹੈ। ਮੈਂ ਇੱਕ ਡੀਸੀ ਨੂੰ ਟੈਲੀਫੋਨ ਕੀਤਾ, ਮੈਂ ਕਿਹਾ ਡੀਸੀ ਸਾਹਿਬ ਮੈਨੂੰ ਇੱਕ ਗੱਲ ਦੱਸਿਓ, ਪਿਛਲੇ ਅਖੀਰਲੀ ਵਾਰ ਕਦੋਂ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਹੋਈ? ਮੈਨੂੰ ਕਹਿੰਦੇ ਯਾਰ 7 ਮਹੀਨੇ ਹੋਏ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਹੋਈ, ਡੀਸੀ ਹੈ ਜ਼ਿਲ੍ਹੇ ਦਾ। ਮੈਂ ਕਿਹਾ ਬਾਦਲ ਸਾਹਿਬ ਦੇ ਸਮੇਂ ਕਦੋਂ ਗੱਲ ਹੁੰਦੀ ਸੀ? ਕਹਿੰਦੇ ਰੋਜ਼ ਹੀ ਸਾਨੂੰ ਰਾਤ ਨੂੰ ਕਾਗਜ਼ ਪੈਨਸਲ ਲੈ ਕੇ ਸੋਣਾ ਪੈਂਦਾ ਸੀ, ਕਿਉਂਕਿ ਜੇ ਅਗਲੇ ਦਿਨ ਅਖਬਾਰ ਸਾਡੇ ਜ਼ਿਲ੍ਹੇ ਦੀ ਕੋਈ ਗੱਲ ਆ ਜਾਏ ਉਹਨੇ 6 ਵਜੇ ਸਵੇਰੇ ਪੁੱਛ ਲੈਣਾ ਕਿ ਆਹ ਕਿਉਂ ਹੋਇਆ ਤੁਹਾਡੇ ਜ਼ਿਲ੍ਹੇ 'ਚ। ਆ ਜਿੰਨੀ ਇਹਨਾਂ ਨੇ ਵਿਧੀ ਵਧਾਈ ਹੈ, ਤੁਸੀਂ ਸਰਕਾਰ ਬਣਾ ਦਿਓ, ਤੁਸੀਂ ਫਰਕ ਦੇਖੋਗੇ ਕਿਵੇਂ ਤਰੱਕੀ ਪੰਜਾਬ 'ਚ ਹੁੰਦੀ, ਕਿਵੇਂ ਬਿਜਲੀ ਦੇ ਰੇਟ ਥੱਲੇ ਆਉਂਦੇ। ਆ ਜਿਹੜੇ ਰੇਟ ਵਧ ਰਹੇ ਇਹਨਾਂ ਦੀ ਨਲੈਕੀ ਕਰਕੇ ਵਧੇ ਹੈ, ਇਹਨਾਂ ਦੀ ਕਮਜ਼ੋਰੀ। ਤੁਸੀਂ ਦੇਖ ਲਓ ਬਿਜਲੀ ਮਹਿਕਮੇ ਦਾ ਜਿਹੜਾ ਮਿਨਿਸਟਰ ਹੈ ਆ ਕੀ ਕਹਿੰਦਾ, ਸਭ ਤੋਂ ਨਿਕੰਮਾ ਚੇਅਰਮੈਨ ਸਾਡਾ, ਆਪਣੇ ਮਹਿਕਮੇ ਨੂੰ ਕਹੀ ਜਾਂਦੇ ਆ ਨਿਕੰਮੇ ਲਾਉਂਦੇ, ਕਿਉਂ ਚੇਅਰਮੈਨ ਪੈਸੇ ਲੈ ਕੇ ਲਾਉਂਦੇ ਸਾਰੇ। ਇੱਕ ਗੱਲ ਮੈਂ ਅਖੀਰ 'ਚ ਆ ਕਹਿਣਾ ਚਾਹੁੰਦਾ, ਗੱਲ ਹੋਈ ਇੱਥੇ ਟਕਸਾਲੀਆਂ ਦੀ, ਟਕਸਾਲੀ ਨਾ ਇਹਨਾਂ ਨੇ ਗਲਤ ਲਾਇਆ, ਇਹਨਾਂ ਨਾ ਹੋਣਾ ਚਾਹੀਦਾ ਅਕਾਲੀ ਦਲ ਜਾਲੀ, ਜਾਲੀ ਹੈ ਟਕਸਾਲੀ, ਆ ਬੈਠੇ ਹੈ, ਆ ਬੈਠੇ ਟਕਸਾਲੀ ਸਾਰੇ। ਟਕਸਾਲੀ ਉਹ ਜਿਹਨੂੰ ਕੁਛ ਮਿਲੇ ਨਾ ਮਿਲੇ ਆਪਣੀ ਪਾਰਟੀ ਵਾਸਤੇ ਸਿਰ ਵੜਾ ਸਕਦਾ, ਉਹ ਟਕਸਾਲੀ ਹੈ। ਟਕਸਾਲੀ ਉਹ ਨਹੀਂ, ਟਕਸਾਲੀ ਉਹ ਨਹੀਂ ਜਿਹੜਾ ਸਾਰਾ ਕੁਛ ਹੀ ਖਾ ਜੇ ਤੇ ਕਹਿ ਜੇ ਮੈਨੂੰ ਆਹ ਹੋਰ ਨਾ ਦਿੱਤਾ ਮੈਂ ਛੱਡ ਰਿਹਾ। ਮੇਰੇ ਤਾਂ ਬੜੇ ਸਤਿਕਾਰਯੋਗ ਢੀਂਡਸਾ ਸਾਹਿਬ ਹੈ, ਮੈਂ ਤਾਂ ਉਹਨਾਂ ਨੂੰ ਜਦੋਂ ਵੀ ਮਿਲਦਾ ਪੈਰੀ ਹੱਥ ਲਾਉਂਦਾ, ਹੁਣ ਵੀ ਮੈਨੂੰ ਕਿਤੇ ਮਿਲੇ ਮੈਂ ਪੈਰੀ ਹੱਥ ਲਾਉਣਾ, ਕਿਉਂਕਿ ਮੇਰੇ ਬਜ਼ੁਰਗ ਆ, ਮੈਂ ਬਜ਼ੁਰਗਾਂ ਬਾਰੇ ਸ਼ਾਨ ਬਾਰੇ ਮੈਂ ਕਹਿਣਾ ਨਹੀਂ ਚਾਹੁੰਦਾ। ਪਰ ਇੱਕ ਗੱਲ ਦੱਸੋ ਯਾਰ, ਮੇਰਾ ਕਸੂਰ ਕੀ ਹੈ? ਪਿਛਲੇ 30 ਸਾਲਾਂ 'ਚ 1 ਇਲੈਕਸ਼ਨ ਨਹੀਂ ਜਿੱਤੇ, ਫਿਰ ਮੈਂ ਉਹਨਾਂ ਨੂੰ ਕੀ ਕਰਾਂ? ਹੁਣ ਜਨਮੇ ਆਪਣੇ ਸੇਖਵਾ ਸਾਹਿਬ ਪਿਛਲੇ 30 ਸਾਲਾਂ 'ਚ 1 ਇਲੈਕਸ਼ਨ ਨਹੀਂ ਜਿੱਤੇ, ਇਕੱਲੇ 2 ਇਲੈਕਸ਼ਨ ਜਿੱਤੇ ਜਦੋਂ ਅਸੀਂ ਸਾਰੀ ਪਾਰਟੀ ਸਾਰੇ ਬਹਿ ਕੇ ਉਹਨਾਂ ਨੂੰ ਜਿਤਾਇਆ, ਉਹਦੇ ਬਾਅਦ ਫਿਰ ਤੋਂ ਹਾਰ ਜਾਂਦੇ ਆ। ਇਹਦਾ ਮਤਲਬ ਪਾਰਟੀ ਨੂੰ ਤਕੜੇ ਕਰਨ ਵਾਸਤੇ ਆਪਾਂ ਅੱਛਾ ਫਿਰ ਪੂਰਾ ਮੇਰੇ ਮੁੰਡੇ ਨੂੰ ਆਹ ਬਣਾਓ, ਚਲੋ ਬਣਾ ਦਿਓ। ਹੁਣ ਤੁਸੀਂ ਗੱਲ ਦੇਖਦੇ ਹੋ, ਢੀਂਡਸਾ ਸਾਹਿਬ ਦਾ ਬੇਟੇ ਨੂੰ ਫਾਇਨਾਂਸ ਮਿਨਿਸਟਰ ਲੜ ਕੇ ਬਾਦਲ ਸਾਹਿਬ ਨੂੰ ਕਹਿੰਦੇ ਜੀ ਮੈਨੂੰ ਬਣਾਉਣਾ ਖਜ਼ਾਨਾ ਮੰਤਰੀ ਬਣਾਓ, ਦਸ ਬਣਾਈ ਰੱਖਿਆ। ਢੀਂਡਸਾ ਸਾਹਿਬ ਮੈਂ ਪੁੱਛਣਾ ਚਾਹੁੰਦਾ, ਸਾਡੀ ਪਾਰਟੀ 'ਚ ਬਹੁਤ ਹੋਰ ਸੀਨੀਅਰ ਲੀਡਰ ਸੀ ਜਿਹੜੇ ਪਰਮਿੰਦਰ ਤੋਂ ਜ਼ਿਆਦਾ ਐਕਸਪੀਰੀਅੰਸ ਸੀ, ਪਰ ਤੁਹਾਡੇ ਕਰਕੇ ਬਣਾਇਆ। ਹੁਣ ਇਲੈਕਸ਼ਨ ਆਇਆ ਅਸੈਂਬਲੀ ਦਾ, ਕਹਿੰਦੇ ਮੇਰੇ ਜਵਾਈ ਨੂੰ ਮੋਹਾਲੀ ਤੋਂ ਟਿਕਟ ਦਿਓ, ਚਲੋ ਹੁਣ ਢੀਂਡਸਾ ਸਾਹਿਬ ਨੇ ਕਿਹਾ ਨਾ ਤਾਂ ਕੀ ਕਹੀਏ, ਦੇ ਦਿੱਤੀ ਉਹ ਵੀ ਹਾਰ ਗਏ। ਐਕਚੁਲੀ ਲਾਈਨ ਜਿੱਤਣ ਦੀ ਹੈ ਹੀ ਨਹੀਂ ਇਹਨਾਂ ਦੇ ਹੱਥ 'ਚ। ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਦੇ ਬਾਰੇ ਕਹਿੰਦੇ ਜਿਸ ਪਾਰਟੀ, ਮੈਂ ਤੁਹਾਨੂੰ ਦੱਸਾਂ, ਮੈਂ ਢੀਂਡਸਾ ਸਾਹਿਬ ਮੇਰੇ ਬਜ਼ੁਰਗ ਹੈ, ਮੈਂ ਉਹਨਾਂ ਨੂੰ ਇੰਨੀ ਗੱਲ ਕਹਿਣਾ ਚਾਹੁੰਦਾ, ਢੀਂਡਸਾ ਸਾਹਿਬ ਅੱਜ ਤੁਹਾਡਾ ਜਿਹੜਾ ਨਾਂ ਹੈ ਨਾ ਸਰ ਸੁਖਦੇਵ ਸਿੰਘ ਢੀਂਡਸਾ, ਜਿਹੜੇ ਲੋਕੀ ਥੋੜੇ ਮੋਟੇ ਜਿਹੜੇ ਸਲੂਟ ਮਾਰਦੇ ਆ, ਉਹ ਸ਼੍ਰੋਮਣੀ ਅਕਾਲੀ ਦਲ ਦੀ ਮਿਹਰਬਾਨੀ ਕਰਕੇ ਵੱਜ ਰਿਹਾ ਤੁਹਾਨੂੰ। ਜੋ ਤੁਸੀਂ ਜਗ੍ਹਾ ਜਿੱਥੇ ਹੋ ਉਹ ਪਾਰਟੀ ਨੇ ਤੁਹਾਨੂੰ ਦਿੱਤੀ ਹੈ, ਪਾਰਟੀ ਨੇ ਤੁਹਾਨੂੰ ਇੱਡੀ ਜਗ੍ਹਾ ਪਹੁੰਚਾਇਆ, ਤੇ ਜਿਸ ਪਾਰਟੀ ਨੇ ਤੁਹਾਨੂੰ ਵੱਡਾ ਕੀਤਾ, ਪਾਲਿਆ ਪੋਸਿਆ ਵੱਡਾ ਕੀਤਾ, ਉਸ ਪਾਰਟੀ ਦੇ ਪਿੱਠ ਤੇ ਸ਼ਰਮ ਮਾਰਨਾ। ਆ ਤੁਹਾਡੀ ਉਮਰ 84 ਸਾਲ ਦੇ ਹੋ ਗਏ, ਆ ਉਮਰ ਪਾਰਟੀ ਨੂੰ ਆਸ਼ੀਰਵਾਦ ਦੇਣ ਦੀ ਹੈ, ਪਾਰਟੀ ਦੀ ਯੰਗਰ ਲੀਡਰਸ਼ਿਪ ਦੇ ਸਿਰ ਤੇ ਹੱਥ ਰੱਖਣ ਦੀ ਹੈ, ਆਸ਼ੀਰਵਾਦ ਦੇਣ ਦੀ ਹੈ। ਕੋਈ ਪਿੱਠ ਤੇ ਸ਼ਰਮ ਮਾਰਨ ਦੀ ਨਹੀਂ। ਕਿਉਂ ਮਾਰ ਰਹੇ? ਕਿਉਂਕਿ ਪਿੱਛੇ ਸਾਜਿਸ਼ ਹੈ, ਉਹਨਾਂ ਨੇ ਦੇਖਿਆ, ਕੈਪਟਨ ਨੇ ਦੇਖਿਆ
ਪਿਛਲੀ ਵਾਰ ਬੇਅਦਬੀ ਦਾ ਮੁੱਦਾ ਕਰਕੇ ਅਸੀਂ ਸੱਤਾ ਦੇ ਆ ਗਏ, ਹੁਣ ਕਾਂਗਰਸ ਨੇ ਸੋਚਿਆ ਇਹਨਾਂ ਨੂੰ ਫੜ ਲਓ, ਹੁਣ ਇਹਨਾਂ ਨੂੰ ਅੱਗੇ ਕੀਤਾ। ਤੁਸੀਂ ਦੇਖ ਲਓ ਜਿਹੜੀ ਅਕਾਲੀ ਦਲ ਟਕਸਾਲੀ ਜਿਹੜੇ ਬਣਾਇਆ, ਜਾਲੀ, ਮੈਂ ਤਾਂ ਟਕਸਾਲੀ ਕਹਿਣਾ ਨੀ, ਅਕਾਲੀ ਦਲ ਜਾਲੀ ਜਿਹੜਾ ਬਣਾਇਆ ਇਹਨਾਂ ਨੇ, ਉਹਦੇ ਚ ਕੌਣ ਕੌਣ ਹੈ? ਵੀਰ ਦਵਿੰਦਰ ਆ ਟਕਸਾਲੀ ਆ, ਵੀਰ ਦਵਿੰਦਰ ਉਹ ਹੈ ਜਿਹਨੇ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ। ਆ ਪਹਿਲਾ ਬਿਆਨ ਜਾਇਆ ਸੀ ਜਿਹਦਾ ਵੀਰ ਦਵਿੰਦਰ ਦਾ ਆਇਆ ਸੀ ਕਿ ਇੰਦਰਾ ਗਾਂਧੀ ਨੂੰ ਵਧਾਈ ਦੇਣ ਵਾਸਤੇ ਜੇ ਦਰਬਾਰ ਸਾਹਿਬ ਦੇ ਹਮਲੇ ਤੇ। ਰਵਿੰਦਰ ਜਿਹੜਾ ਕੈਪਟਨ ਦਾ ਚੇਤਾ ਹੈ, ਪਰਮਜੀਤ ਸਰਨਾ ਦਿੱਲੀ ਦਾ ਜਿਹੜਾ ਐਡਵਾਈਜ਼ਰ ਹੈ, ਅੱਜ ਵੀ ਐਡਵਾਈਜ਼ਰ ਹੈ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ, ਉਹਨਾਂ ਦੇ ਨਾਲ ਬੈਠਾ ਹੈ। ਮਨਜੀਤ ਸਿੰਘ ਜੀਕੇ ਕੌਣ ਹੈ, ਕਿਉਂ ਸ਼੍ਰੋਮਣੀ ਅਕਾਲੀ ਤੋਂ ਕੱਢਿਆ ਗਿਆ? ਕਿਉਂਕਿ 10 ਕਰੋੜ ਰੁਪਇਆ ਦਿੱਲੀ ਦੇ ਗੁਰਦੁਆਰਾ ਕਮੇਟੀ ਦੇ ਗੋਲਕ ਚੋਂ ਕੱਢ ਕੇ ਘਰੇ ਲਾ ਲਿਆ ਉਹਨੇ ਆਪਣੇ, 10 ਕਰੋੜ ਫੜਿਆ ਗਿਆ। ਕੋਰਟ ਨੇ ਕਿਹਾ ਪਰਚਾ ਕਰੋ, ਪੁਲਿਸ ਦੇ ਜਮਾਨਤ ਤੇ ਬਾਹਰ ਹੈ। ਹੁਣ ਉਹ ਟਕਸਾਲੀ ਉਹ ਗੁਰੂ ਘਰਾਂ ਦੀ ਸੇਵਾ ਕਰਨ ਦੇ ਲੱਗੇ ਆਉਣਗੇ। ਢੀਂਡਸਾ ਸਾਹਿਬ ਤੁਸੀਂ ਸਹੀ ਹੋ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ, ਨਾ ਸੁਖਬੀਰ ਸਿੰਘ ਬਾਦਲ ਦੀ, ਨਾ ਪ੍ਰਕਾਸ਼ ਸਿੰਘ ਬਾਦਲ ਦੀ, ਨਾ ਜਥੇਦਾਰ ਤੋਤਾ ਸਿੰਘ ਜੀ ਦੀ। ਆ ਜਾਇਦਾਦ ਕੌਮ ਦੀ ਹੈ। ਅੱਜ ਸੇਵਾ ਮੈਨੂੰ ਮਿਲੀ ਹੈ, ਕੱਲ ਮੇਰੇ ਬਾਅਦ ਹੋਰ ਹੋਊਗਾ, ਉਹਦੇ ਬਾਅਦ ਕੋਈ ਹੋਰ ਹੋਊਗਾ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇੰਨੀ ਛੋਟੀ ਉਮਰ 'ਚ ਇਹ ਜੀ ਬਹਾਦਰ ਕੌਮ, ਇਹ ਜੀ ਬਹਾਦਰ ਪਾਰਟੀ, ਇਹ ਜੇ ਬਹਾਦਰ ਲੋਕਾਂ ਦੀ ਸੇਵਾ ਅਗਵਾਈ ਕਰਨ ਦੇ ਮੌਕਾ ਮਿਲਿਆ। ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲਾਂ ਦਾ ਕਬਜ਼ਾ ਕਰਾਉਣਾ, ਬਾਦਲਾਂ ਦਾ ਕਬਜ਼ਾ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲ ਪੂਰੇ ਹੋ ਗਏ ਇਸ ਸਾਲ, 100 ਸਾਲ ਤੇ 100 ਸਾਲ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਹੈ। ਸਾਰੀ ਕੌਮ ਵੋਟਾਂ ਪਾਉਂਦੀ ਹੈ, ਤੁਹਾਡੀ ਆਹ ਵੋਟਾਂ ਪਾਉਂਦੇ ਹੈ, ਕੋਈ ਸੁਖਬੀਰ ਸਿੰਘ ਬਾਦਲ ਵੋਟ ਨਹੀਂ ਬਣਾਉਂਦਾ, DC ਤੇ SDM ਵੋਟਾਂ ਬਣਾਉਂਦੇ ਹੈ। ਪੰਜਾਬ ਦੀ ਸਰਕਾਰ ਥੱਲੇ, ਸੈਂਟਰ ਦੀ ਨਿਗਰਾਨੀ ਥੱਲੇ, ਇਲੈਕਸ਼ਨ ਕਮਿਸ਼ਨ ਥੱਲੇ ਇਲੈਕਸ਼ਨ ਆਉਂਦੇ ਹੈ। ਆ ਜਿੰਨੇ ਵੀ ਜਾਲੀ ਜੇ ਆ ਹਰ ਵਾਰ ਇਲੈਕਸ਼ਨ ਤੇ ਲੜਦੇ ਹੈ, ਤੇ ਪਿਛਲੇ 100 ਸਾਲਾਂ ਲਗਾਤਾਰ ਸਿੱਖ ਕੌਮ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਦਾ ਮੌਕਾ ਦਿੱਤਾ। ਕਿਉਂ? ਪੰਥ ਨੂੰ ਵਿਸ਼ਵਾਸ ਹੈ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਪੰਥੀ ਜਵਾਨ ਹੈ। ਇਸ ਕਰਕੇ ਆ ਜਿੰਨਾ ਡਰਾਮਾ ਕਰੀ ਜਾਣ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਹੁਣ ਇਹਨਾਂ ਦਾ ਇੱਕੋ ਨਿਸ਼ਾਨਾ, ਕਹਿੰਦੇ ਜੀ ਆ ਜਿੰਨੇ ਅਕਾਲੀ ਦਲ ਜਾਲੀ ਹੈ, ਕਹਿੰਦੇ ਅਸੀਂ ਅਗਲੀ 2022 'ਚ ਅਕਾਲੀ ਦਲ ਦੀ ਸਰਕਾਰ ਨਹੀਂ ਬਣ ਦੇਵਾਂਗੇ। ਯਾਰ ਜਿੰਨਾ ਮਰਜ਼ੀ ਜ਼ੋਰ ਲਾ ਲਓ, ਨਾ ਤੁਸੀਂ ਰੋਕ ਸਕਦੇ ਹੋ, ਨਾ ਤੁਹਾਡੇ ਕਹਿ ਕੇ ਬਣ ਸਕਦੀ ਹੈ। ਬਣਾਉਣ ਵਾਲੇ ਆਹ ਬੈਠੇ ਹੈ, ਬਣਾਉਣ ਵਾਲੇ ਆ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਬੈਠੇ ਹੈ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, 20 ਤਾਂ ਬੰਦੇ ਇਕੱਠੇ ਨਹੀਂ ਹੁੰਦੇ ਤੁਹਾਡੇ ਨਾਲ। ਆ ਜਿਹੜੀ ਸੰਗਤ ਹੈ, ਜਿਹੜੀ ਪਾਰਟੀ ਦੇ ਨਾਲ ਸੰਗਤ ਹੈ, ਆ ਦੇਖੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਅੱਜ TV ਤੇ ਦੇਖ ਲਿਓ, ਦੇਖ ਲਓ ਫਰੀਦਕੋਟ ਜ਼ਿਲ੍ਹੇ ਦੇ ਛੋਟੇ ਜਿਹੇ ਹਲਕੇ ਵਿੱਚ, ਜ਼ਿਲ੍ਹੇ ਵਿੱਚ 15,000-20,000 ਦਾ ਇਕੱਠ ਹੈ, ਤੇ 2 ਤਰੀਕ ਨੂੰ ਜਦੋਂ ਸੰਗਰੂਰ ਦਾ ਇਕੱਠ ਹੋਇਆ, ਮੈਨੂੰ ਲੱਗਦਾ ਭਾਜੜਾ ਪੈ ਜਾਣੀ ਇਹਨਾਂ ਨੂੰ। ਮੈਂ ਸੰਗਰੂਰ ਦੇ ਜ਼ਿਲ੍ਹੇ ਦੇ ਲੋਕ ਮੈਨੂੰ ਮਿਲੇ, ਮੈਨੂੰ ਕਹਿਣ ਲੱਗੇ ਕਿ ਜੀ ਦੇਸ਼ ਨੂੰ ਤਾਂ ਆਜ਼ਾਦੀ 47 'ਚ ਮਿਲੀ, ਸਾਨੂੰ ਇਸ ਸਾਲ ਮਿਲੀ ਹੈ। ਇਸ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ, ਆਪਣੀ ਮਾਂ ਪਾਰਟੀ ਅਕਾਲੀ ਦਲ ਨੂੰ ਤਕੜਾ ਰੱਖੀਏ। ਮੈਂ ਤੈਨੂੰ ਇੰਨਾ ਦਿਲ ਦੀ ਗਹਿਰਾਈ ਚੋਂ ਕਹਿਣਾ ਚਾਹੁੰਦਾ, ਮਿਹਨਤ ਕਰੀਏ, 2 ਸਾਲਾਂ ਬਾਅਦ ਸਰਕਾਰ ਬਣਾਈਏ, ਇਹ ਨਜ਼ਾਰਾ ਲਿਆ ਦਾਂਗੇ ਤੁਹਾਨੂੰ। ਮੈਂ ਦੱਸਾਂ ਕਿਸੇ ਚੀਜ਼ ਦੀ ਚਿੰਤਾ ਨਹੀਂ ਆਊਗੀ, ਖੁੱਲੇ ਗੱਫੇ ਆਉਣਗੇ। ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਅਫਸਰ ਸਾਹਿਬਾਨ ਜਿਨ੍ਹਾਂ ਨੇ ਝੂਠੇ ਸਾਡੇ ਵਰਕਰਾਂ ਦੇ ਪਰਚੇ ਕੀਤੇ ਹੈ, 2 ਸਾਲ ਦੇ ਬਾਅਦ ਪਹਿਲਾਂ ਮੈਂ 1 ਮਹੀਨਾ ਆਹੀ ਕੰਮ ਕਰਨਾ, ਜਿਨ੍ਹਾਂ ਨੇ ਝੂਠੇ ਪਰਤੇ ਕੀਤੇ ਉਹ ਥਾਣੇ 'ਚ ਬੰਦ ਕਰਕੇ ਉਹਨਾਂ ਨੂੰ ਨੌਕਰੀ 'ਚੋਂ ਕੱਢਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।